ਬਠਿੰਡਾ ਵਿਖੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਜਨਰਲ ਕੈਟਾਗਰੀ ਦੇ ਲਈ ਬਿੱਲ ਪਾਸ ਹੋਣ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਰਕਾਰ ਦਾ ਵਧੀਆ ਫੈਸਲਾ ਏ। ਇਸ ਮੌਕੇ ਤੇ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇੱਕ ਸਪੈਸ਼ਲ ਪੈਕੇਜ ਦਿੱਤਾ ਜਾਵੇ ਜਿਸ ਵਿੱਚ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਛੋਟੇ ਵਪਾਰੀਆਂ ਨੂੰ ਫਾਇਦਾ ਮਿਲ ਸਕੇ। ਇਸ ਮੌਕੇ ਤੇ ਉਹਨਾਂ ਨੇ ਕਾਂਗਰਸ ਪਾਰਟੀ ਵੱਲੋਂ ਕਮਲਨਾਥ ਨੂੰ ਸੀਐਮ ਬਣਾਉਣ ਤੇ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਤੇ ਤਿੱਖੇ ਸ਼ਬਦੀ ਹਮਲੇ ਵੀ ਕੀਤੇ। ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਵਧਾਈ ਦੇਣਾ ਚਾਹਣਾ ਹੈ ਜਿਹੜਾ ਉਹਨਾਂ ਨੇ ਹਿਸਟੋਰਿਕ ਡਿਸੀਜਨ ਲਿੱਤਾ ਹੈ, ਜਿਹੜਾ ਬਿੱਲ ਲੋਕ ਸਭਾ 'ਚ ਪਾਸ ਹੋ ਗਿਆ ਅਤੇ ਰਾਜ ਸਭਾ 'ਚ ਅੱਜ ਫਾਈਨਲ ਸਟੇਜ 'ਤੇ ਪਾਸ ਹੈ ਕਿ ਜਨਰਲ ਕੈਟਗਰੀ ਦੇ ਜਿਹੜੇ ਇਕਨੋਮਿਕਲੀ ਵੀਕਰ ਸੈਕਸ਼ਨ ਹੈ ਜਿਨ੍ਹਾਂ ਨੂੰ ਲਗਾਤਾਰ ਆਜ਼ਾਦੀ ਦੇ ਬਾਹਰ ਇਗਨੋਰ ਹੋਏ, ਜਿਨ੍ਹਾਂ ਦਾ ਰਾਈਟ ਸੀ ਪਰ ਉਹਨਾਂ ਨੂੰ ਕੋਈ ਓਪਰਚੁਨਿਟੀ ਨਹੀਂ ਮਿਲੀ, ਉਹ ਰਿਜ਼ਰਵੇਸ਼ਨ ਦੇ ਕੇ 10% ਆਈ ਥਿੰਕ ਇੱਕ ਵੱਡੀ ਓਪਰਚੁਨਿਟੀ ਇੱਕ ਗਰੀਬ ਨੂੰ ਮਿਲੀ ਹੈ ਜਿਹੜੀ ਪਹਿਲੇ ਅਵੇਲੇਬਲ ਨਹੀਂ ਸੀ। ਆ ਇੱਕ ਬੜਾ ਵੱਡਾ ਹਿਸਟੋਰਿਕ ਫੈਸਲਾ। ਦੂਜੀ ਗੱਲ ਜਿਹੜਾ ਮੈਂ ਕਹਿਣਾ ਚਾਹੁੰਦਾ, ਕਿ ਅਸੀਂ ਪ੍ਰਾਈਮ ਮਿਨਿਸਟਰ ਨੂੰ ਮੈਂ ਅਪੀਲ ਵੀ ਕਰਦਾ ਕੋਈ ਸਪੈਸ਼ਲ ਪੈਕੇਜ ਕਿਸਾਨ ਵਾਸਤੇ, ਖੇਤ ਮਜ਼ਦੂਰ ਵਾਸਤੇ ਅਤੇ ਛੋਟੀ ਵਪਾਰੀ ਵਾਸਤੇ ਇਮੀਡੀਏਟਲੀ ਅਨਾਊਂਸ ਕਰਨਾ ਚਾਹੀਦਾ ਹੈ। ਭਾਵੇਂ ਜਿਹੜਾ ਅੱਗੇ GST ਕਾਊਂਸਲ ਜਿਹੜਾ ਆ ਰਿਹਾ ਕਿ ਜਿਹੜੇ ਵਪਾਰੀ ਹੈ ਜਿਹੜੀ ਅੱਜ ਉਹਨਾਂ ਦੀ ਲਿਮਿਟ ਹੈ 20 ਲੱਖ ਰੁਪਏ ਦੀ, ਜਿਹੜੀ 20 ਲੱਖ ਰੁਪਏ ਦੀ ਲਿਮਿਟ ਹੈ ਜਿੱਥੇ GST ਐਗਜ਼ੈਂਪਸ਼ਨ ਹੈ, ਦੈਟ ਲਿਮਿਟ ਸ਼ੁੱਡ ਬੀ ਇਨਕਰੀਜ 20 ਤੋਂ ਲੈ ਕੇ 75 ਲੱਖ ਤੱਕ ਕਰ ਦੇਣ। ਬਹੁਤ ਵੱਡਾ ਸੈਕਸ਼ਨ ਹੈ ਵਪਾਰੀ ਦਾ ਜਿਨ੍ਹਾਂ ਨੂੰ ਉਹ ਰਾਹਤ ਮਿਲ ਜਾਣੀ। ਉਵੇਂ ਹੀ ਮੈਂ ਜਦੋਂ ਪ੍ਰਧਾਨ ਮੰਤਰੀ ਜੀ ਬੈਂਕ ਆਪਣੇ ਆਏ ਸੀ ਗੁਰਦਾਸਪੁਰ, ਉਦੋਂ ਵੀ ਮੈਂ ਰਿਕੁਐਸਟ ਕੀਤੀ ਸੀ ਜਿਵੇਂ ਇੰਡਸਟਰੀ ਨੂੰ ਇਨਵੈਸਟਮੈਂਟ ਸਬਸਿਡੀ ਦਿੱਤੀ ਜਾਂਦੀ ਹੈ, ਉਵੇਂ ਫਾਰਮਿੰਗ ਵਿੱਚ ਵੀ ਇਨਵੈਸਟਮੈਂਟ ਸਬਸਿਡੀ ਦਿੱਤੀ ਜਾਏ, ਪ੍ਰੋਡਕਸ਼ਨ ਸਬਸਿਡੀ, ਸੋ ਦੈਟ ਜਿਹੜਾ ਫਾਰਮਰ ਹੈ, ਕਿਉਂਕਿ ਜਿਹੜੀ ਫਾਰਮਰ ਦੀ ਜਿਹੜਾ ਰੋਅ ਮਟੀਰੀਅਲ ਹੈ ਉਹਦੇ 'ਚ ਫਾਰਮਰ ਦਾ ਕੋਈ ਕੰਟਰੋਲ ਨਹੀਂ ਹੈ। ਪ੍ਰਾਈਵੇਟ ਸੈਕਟਰ 'ਚ ਪੈਸਟੀਸਾਈਡ ਹੋਣ, ਖਾਦ ਹੋ, ਉਹਨਾਂ ਦੀ ਕੀਮਤਾਂ ਵੱਧ ਜਾਂਦੀਆਂ, ਪਰ ਜਿਹੜੀ ਆਊਟਪੁੱਟ ਹੈ ਉਹਦੇ 'ਤੇ ਗਵਰਨਮੈਂਟ ਕੰਟਰੋਲ ਹੈ, ਫਿਕਸ ਕੀਤੀ ਜਾਂਦੀ ਹੈ। ਸੋ ਜਿਹੜਾ ਉਹਨੂੰ ਵਾਸਤੇ ਇਨਕਰੇਜ ਕਰਨ ਵਾਸਤੇ ਜਿਹੜਾ ਜਿਹੜੀ ਆਪਣੀ ਫਾਈਨੈਂਸ਼ੀਅਲ ਪ੍ਰੋਬਲਮ ਫਾਰਮਰ ਨੂੰ ਆਉਂਦੀ ਹੈ ਉਹ ਇੱਕੋ ਹੀ ਹੱਲ ਹੋ ਸਕਦੀ, ਜਿਹੜੇ ਹਰ ਸਾਲ ਉਹਨੂੰ ਕੋਈ ਇਨਵੈਸਟਮੈਂਟ ਸਬਸਿਡੀ ਦਿੱਤੀ ਜਾਏ। ਅਤੇ ਇੱਕ ਲੋਕਾਂ ਵਿੱਚ ਮੈਂ ਪਿਛਲੇ ਕਈ ਦਿਨਾਂ ਦਾ ਮੈਂ ਜਨਤਾ ਵਿੱਚ ਆਪਣੇ ਵਰਕਰਾਂ ਵਿੱਚ ਮਿਲਿਆ, ਇਹ ਗੱਲ ਜਿਹੜੀ ਵੱਡੀ ਆ ਰਹੀ ਹੈ, ਕਈ ਲੋਕਾਂ ਨੇ ਮੈਨੂੰ ਜਨਤਾ ਨੇ ਮੈਨੂੰ ਵਿਚਾਰਾਂ ਕੀਤੀਆਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਡੇ ਨਾਲ 420 ਕੀਤੀ ਹੈ ਫਰੋਡ। ਫਰੋਡ ਕੀ ਹੈ? ਆਹ ਪੋਲੀਟੀਕਲ ਸਟੇਟਮੈਂਟ ਨਹੀਂ ਹੈ, ਆਹ ਮੈਂ ਫਰੋਡ ਕੀ ਹੈ, ਜੇ ਤੁਸੀਂ ਕੋਈ ਲਿਖ ਕੇ ਇੱਕ ਜ਼ਬਾਨ ਦਿਓ, ਲਿਖ ਕੇ ਜ਼ਬਾਨ ਦਿਓ, ਅੰਡਰ ਯੋਰ ਸਿਗਨੇਚਰ ਦਿਓ, ਉਹਦੇ ਬਾਅਦ ਤੁਸੀਂ ਕੋਈ ਚੀਜ਼ ਹਾਸਿਲ ਕਰ ਲਓ ਅਤੇ ਤੁਸੀਂ ਉਹਦੇ ਜਿਹੜੇ ਤੁਸੀਂ ਕਮਿਟ ਕੀਤਾ ਸੀ ਨਾ ਪੂਰੀ ਕਰੋ। ਆ 420 ਇਹਦਾ ਕੇਸ ਬਣਦਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ 2 ਫਾਰਮ ਭਰਾਏ, ਇੱਕ ਤਾਂ ਕਰਜ਼ੇ ਦੇ ਜਿੱਥੇ ਉਹਨੇ ਲਿਖਿਆ ਮੈਂ ਕੈਪਟਨ ਅਮਰਿੰਦਰ ਸਿੰਘ ਪ੍ਰੋਮਿਸ ਕਰਦਾ ਕਿ ਤੁਸੀਂ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਤੁਹਾਡਾ ਕਰਜ਼ਾ ਸਾਰਾ ਮਾਫ਼ ਕਰਾਂਗੇ। ਇੱਕ ਫਾਰਮ ਨੌਜਵਾਨਾਂ ਤੋਂ ਭਰਾਇਆ ਸੀ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਪ੍ਰੋਮਿਸ ਕਰਦਾ ਕਿ ਮੋਬਾਈਲ ਫੋਨ ਮੈਂ ਨੌਜਵਾਨਾਂ ਨੂੰ ਦਿਊਂਗਾ, ਜਿਹਦੇ ਨਾਂ 'ਤੇ ਬਾਈ ਨੇਮ ਅਗਰੀਮੈਂਟ ਹੋਇਆ। ਦਿਸ ਇਜ਼ ਨੋਟ ਅ ਪੋਲੀਟੀਕਲ ਸਟੇਟਮੈਂਟ, ਇਟ ਇਜ਼ ਅ ਰਿਟਨ ਅਗਰੀਮੈਂਟ, ਰਿਟਨ ਐਫੀਡੇਵਿਟ। ਤੁਸੀਂ ਜਾਣਦੇ ਹੋ ਸਾਡੀ ਸਰਕਾਰ ਆਈ ਸੀ ਉਦੋਂ ਅਸੀਂ ਐਫੀਡੇਵਿਟ ਬੰਦ ਕਰਤੇ ਸੀ,
ਅਸੀਂ ਕਿਉਂ ਕੀ ਕਿਹਾ ਸੀ ਉਦੋਂ ਕਿ ਕੋਈ ਵੀ ਆਪਣੇ ਦਸਤਖਤ ਨਾਲ ਲਿਖ ਦੇ ਤੁਸੀਂ ਆਪਣਾ ਡੈਥ ਸਰਟੀਫਿਕੇਟ ਆਪਣੇ ਅਥੈਂਟੀਕੇਟ ਕਰਨੇ ਹੈ, ਪਹਿਲੇ ਐਫੀਡੇਵਿਟ ਦੇਣਾ ਪੈਂਦਾ ਸੀਗਾ, ਕੋਈ ਐਫੀਡੇਵਿਟ ਦੇਣ ਦੀ ਲੋੜ ਨਹੀਂ, ਕੋਰਟ ਤੁਸੀਂ ਇਕੱਲਾ ਹੀ ਲਿਖਦੇ ਹੋ ਕਿ ਆਏ ਸੋ ਐਂਡ ਸੋ ਸਰਟੀਫਾਈ ਐਂਡ ਦੈਟ ਵਿਲ ਬੀ ਕੰਸਿਡਰਡ ਐਟ ਲੋ। ਕੈਪਟਨ ਅਮਰਿੰਦਰ ਸਿੰਘ ਨੇ ਆ ਬਹੁਤ ਵੱਡਾ 420 ਦਾ ਫਰੋਡ ਕੀਤਾ, ਕੇਸ ਵੀ ਰਜਿਸਟਰ ਅਗੇਂਸਟ ਇੱਕ ਮਿੰਟ ਮੇਰੇ ਗੱਲ ਦੱਸੋ, ਜਦੋਂ ਆਮ ਆਦਮੀ ਪਾਰਟੀ ਜਬ ਜੁਆਇਨ ਕਰ ਜਾਣ ਉਦੋਂ ਕਿਵੇਂ ਬੋਲ ਰਹੇ ਆ ਕਿ ਉਹਨਾਂ ਨੇ ਆਪਣੀ ਰਿਪੋਰਟ 'ਚ ਲਿਖਿਆ? ਮੋਸਟ ਵੈਲਕਮ, ਮੋਸਟ ਵੈਲਕਮ, ਸਾਨੂੰ ਬੜੀ ਖੁਸ਼ੀ ਹੋਊਗੀ ਉਹਨਾਂ ਨੂੰ ਮੈਦਾਨ 'ਚ ਦੇਖਦੇ। ਇਸਕਬਾਲ ਖੈਰ ਜੀ, ਭੱਜੇ ਗੱਲ ਕਰੀ ਉਹਨਾਂ ਨੇ ਨਵੀਂ ਪਾਰਟੀ ਬਣਾ ਲਈ, ਬਹੁਤ ਵਧੀਆ ਗੱਲ ਹੈ ਯਾਰ, ਵੈਰੀ ਗੁੱਡ ਹੈ, ਬਹੁਤ 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 ਵਧੀਆ ਗੱਲ ਹੈ, ਨਾਲੇ ਤੁਹਾਨੂੰ ਉਹਦੇ ਦਰਸ਼ਨ ਵੀ ਹੋਣਗੇ। ਸੁਖਬੀਰ ਜੀ, ਸਰ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦਾ ਐਲਾਨ ਜਾਂ ਕੋਈ ਹੋਰ? ਉਹ ਜਦੋਂ ਅਸੀਂ ਸਾਡੀ ਕੋਰ ਕਮੇਟੀ ਬੈਠੂਗੀ, ਉਹ ਕੋਰ ਕਮੇਟੀ ਫੈਸਲਾ ਕਰੂਗੀ। ਸੁਖਬੀਰ ਜੀ, ਹੈਗਾ ਵੀ ਬੀਬਾ ਜੀ ਚੋਣਾਂ ਹਲੇ ਕੋਰ ਕਮੇਟੀ ਦੀ ਫੈਸਲੇ ਤੋਂ ਪਹਿਲੇ ਅਸੀਂ ਕੁਛ ਨਹੀਂ ਕਰ ਸਕਦੇ, ਹੋਰ ਕਮੇਟੀ ਡਿਸਾਈਡ ਕਰਦੀ ਹੈ। ਦਾਦੂ ਵਾਲੇ ਨੇ ਵੀ ਤੁਹਾਡੇ ਤੇ ਇਹ ਆਰੋਪ ਲਾਇਆ ਕਿ ਜਸਟਿਸ ਜੁਰਾ ਸਿੰਘ ਦੀ ਜੋ ਰਿਪੋਰਟ ਸੀ ਉਹਨੂੰ ਦਬਾਇਆ ਗਿਆ, ਤੇ ਤੁਸੀਂ ਗੱਲ ਸਮਝ ਨਹੀਂ, ਜੇ ਸਕੈਚ ਜਾਰੀ ਕੀਤੇ ਗਏ ਸੀ ਉਹਨਾਂ ਨੂੰ ਜਸਟਿਸ ਸਾਹਿਬ ਤੋਂ ਪੁੱਛੋ ਕਿ 84 ਦਾ ਜਿਹੜਾ ਸੱਜਣ ਕੁਮਾਰ ਦੇ ਬਾਰੇ ਬੋਲਿਆ ਕਿ ਕਾਂਗਰਸ ਦਾ ਹੱਥ ਸੀ ਕਿ ਦਾਦੂ ਸਾਹਿਬ ਨੇ ਜਾਂ ਉਹਨਾਂ ਦੇ ਬਾਕੀ ਸਾਰੇ, ਹਲੇ ਉਹਨਾਂ ਨੇ ਜਵਾਬ ਐ ਨਹੀਂ ਕਿਤੇ ਉਹਨਾਂ ਕਿਹਾ ਕਿ ਕਾਂਗਰਸ ਮਾੜੀ ਹੈ ਕਿ ਸੱਜਣ ਕੁਮਾਰ ਮਾੜਾ ਹੈ ਤੇ ਉਹਨੇ ਕੀਤਾ ਹੈ। ਤੁਸੀਂ ਆਪ ਦੇਖ ਲੋ ਆ ਕਾਂਗਰਸ ਭੱਜ ਕੇ ਹੋ ਰਹੀ ਹੈ, ਇੱਕ ਗੱਲ ਮੈਂ ਤੁਸੀਂ ਦੇਖ ਲੋ, ਡੇਢ ਮਹੀਨਾ ਲੱਗਿਆ ਪਾਰਲੀਮੈਂਟ ਇਲੈਕਸ਼ਨ 'ਚ, ਪੰਜਾਬ ਦਾ ਮੁੱਖ ਮੰਤਰੀ ਕਿਤੇ ਪੰਜਾਬ ਦੇਖਿਆ? ਜਿਹੜਾ ਪਿਛਲੇ 2 ਸਾਲਾਂ 'ਚ ਨਹੀਂ ਆਇਆ, ਡੇਢ ਮਹੀਨਾ ਇਲੈਕਸ਼ਨ ਲੈ ਗਿਆ, ਜੰਗ ਸ਼ੁਰੂ ਹੋ ਗਈ, ਉਦੋਂ ਨਹੀਂ ਪੜਿਆ ਕੀ ਉਹ ਮੁੱਖ ਮੰਤਰੀ ਕਹਿਣ ਦੇ ਲਾਇਕ ਹੈ? ਮੈਂ ਹੁਣੀ ਤੋਂ ਸ਼ੁਰੂ ਕਿਸ ਵਾਸਤੇ ਕੀਤਾ ਉਹਨਾਂ ਨੇ ਕਿਹਾ ਵੀ ਉੱਥੇ ਸਿਆਸੀ ਦੂਸ਼ਣਬਾਜ਼ੀਆਂ ਨਾ ਕੀਤੀਆਂ ਜਾਣ ਜੀ ਰੈਲੀ 'ਚ, ਸਰ ਉਹਨਾਂ ਨੇ ਅਪੀਲ ਕੀਤੀ ਹੈ ਇਸ ਮੈਟਰ 'ਚ, ਤੁਹਾਡਾ ਕੀ ਹੈ ਵੀ ਉਸ ਦਿਨ ਇਕੱਲਾ ਰੈਲੀ ਉੱਥੇ ਸ਼ਹੀਦਾਂ ਲਈ ਸਮਰਪਿਤ ਹੋਏਗੀ ਜਾਂ ਸਿਆਸੀ ਤਕਰੀਰਾਂ ਵੀ ਹੋਣਗੀਆਂ? ਸੀ ਆਈ ਵਿਲ ਕੀਪ ਵਟ ਐਵਰ ਹੀ ਸੇ ਵੀ ਕੀਪ ਇਨ ਮਾਈਂਡ। ਸਿਮਰਨ ਜੀ, ਜੇ ਆਪਾਂ ਜੋਰਾ ਸਿੰਘ ਜੀ ਦੀ ਗੱਲ ਕਰੀਏ, ਪ੍ਰੈਸੋਂ ਕਿਤੇ ਉਹਨਾਂ ਨੇ ਕਿਹਾ 6 ਬੰਦੇ ਦਾ ਨਾਮ ਦਿੱਤੇ ਸੀ ਰਿਪੋਰਟ ਦੇ ਵਿੱਚ, ਨਾ ਹੀ ਤੁਹਾਡੀ ਸਰਕਾਰ ਕੋਈ ਕਾਰਵਾਈ, ਨਾ ਹੀ ਹੁਣ ਉਹਨਾਂ ਕੋਲ ਕਿਹੜੇ ਨਾਂ ਸੀ 6 ਨਾਮ ਦੱਸੇ ਨਾ ਹੁਣ ਉਹਨਾਂ ਕੋਲ ਨਾਂ, ਮੇਰੀ ਗੱਲ ਸੁਣਿਆ ਕਰੋ, ਜੋਰਾ ਸਿੰਘ ਨੂੰ ਹੁਣ ਜਦੋਂ ਉਹਨੂੰ MP ਦੀ ਟਿਕਟ ਆਫਰ ਹੋਈ ਹੈ ਤੇ ਹੁਣ ਬੋਲਣ ਲੱਗ ਗਿਆ, ਤੇ ਪਹਿਲੇ ਕੀ ਸੀ? ਬਟ ਹੀ ਮੈਂਸ਼ਨਡ ਇਨ ਦਾ ਪ੍ਰੈਸ ਕਨਫਰੰਸ ਦੈਟ ਜੋ SID ਅਕਾਲੀ ਗਵਰਨਮੈਂਟ ਨੇ ਬਣਾਈ ਸੀਗੀ, ਉਹਨਾਂ ਨੇ ਸਾਡੀ ਰਿਪੋਰਟ ਦੇ ਵਿੱਚ ਮੈਂਸ਼ਨਡ ਹੈਗਾ ਕਿ ਉਹਨਾਂ ਨੇ ਕਿਸੇ ਬੰਦੇ ਨੂੰ ਇੰਟੈਰੋਗੇਟ ਨਹੀਂ ਕੀਤਾ ਰਿਗਾਰਡਿੰਗ ਇੱਕ ਮਿੰਟ, ਉਹਨੇ ਆਪਣੇ ਰਿਪੋਰਟਸ ਲਿਖਿਆ? ਬਟ ਹੀ ਸੈਡ ਇਨ ਦਾ ਪ੍ਰੈਸ ਨੋ ਪ੍ਰੈਸ ਕਾਨਫਰੰਸ, ਯੂ ਆਸਕ ਪੈਨ ਪੀਪਲ ਆਸਕਡ ਹਿਮ, ਯੂਅਰ ਰਿਪੋਰਟਰਸ ਆਸਕਡ ਹਿਮ ਕਿ ਤੁਸੀਂ ਆਪਣੇ ਉਹਦੇ ਲਿਖਿਆ ਕਿ ਨਹੀਂ ਹੈ, ਫਿਰ ਚੁੱਪ ਕਿਉਂ ਸੀ ਉਹ? ਇਟ ਵਾਸ ਟੇਬਲ, ਐਵਰੀਵਨ ਵਾਸ ਵਿਦ ਐਵਰੀ, ਇਟ ਵਾਸ ਇਨ ਦਾ ਡਿਪਾਰਟਮੈਂਟ, ਇਟ ਵਾਸ ਇਨ ਪਬਲਿਕ ਡਿਪੈਂਡ। ਆ ਜਿਹੜੀ ਆਪਣੀ ਰਣਜੀਤ ਸਿੰਘ ਰਿਪੋਰਟ ਹੈ ਆ ਕਿੱਥੇ ਸੀ? ਟੇਬਲ ਹੋਣ ਤੋਂ ਪਹਿਲੇ ਤੁਹਾਡੇ ਕੋਲ ਸਾਰੇ ਕੋਲ ਸੀ।